ਭਾਈ ਉਹ ਘੋੜਾ ਡੱਠਾ ਹੈ, ਉਸ ਘੋੜੇ ਦੇ ਦਾਣੇ 'ਚ ਬੜੇ ਲੋਕਾਂ ਨੇ ਜੀ ਆਪਣਾ ਆਪਣਾ ਉਸਤਾਦੀ ਵੀ ਦਿਖਾਈ ਹੈ ਤੇ ਆਪਣੇ ਆਪਣੇ ਹੁਨਰ ਵੀ ਦਿਖਾਏ ਨੇ, ਤੇ ਆਪਣੀ ਆਪਣੇ ਜੋ ਉਸ ਕਿਹਾ ਦਾਗ ਲਾ ਸਕਦਾ ਉਹਨੇ ਦਾਗ ਲਾ, ਜੋ ਜੋ ਜਿਹਦੀ ਜਿਵੇਂ ਜਿਵੇਂ ਕਿਸੇ ਦਾ ਜਿਹਦਾ ਹੁੰਦਾ ਜ਼ਰਫ਼ ਹੈ ਸੀ ਉਹਨੇ ਗੱਲਾਂ ਕੀਤੀਆਂ ਨੇ, ਕਿਸੇ ਸਵਾਰ ਨੂੰ ਬੈੜਾ ਕਿਹਾ, ਕਿਸੇ ਘੋੜੇ ਦੀ ਗਲਤੀ ਕਰੀ ਨੇ, ਕਿਸੇ ਨੇ ਵਿੱਚੋਂ ਗੱਲ ਫੱਦੀ ਹੈ ਕਿ ਵਾਕਿਆ ਇਹ ਗਲਤੀ ਹੈ। ਔਰ ਅੱਜ ਦੀ ਵੀਡੀਓ ਜਨਾਬ ਡੈਡੀਕੇਟ ਹੈ ਭਾਈ ਅਰਸ਼ਦ ਨਦੀਮ ਸਾਹਿਬ ਨੂੰ। ਠੀਕ ਹੋ ਗਿਆ ਨਾ ਜੀ, ਅੱਜ ਪੂਰੀ ਵੀਡੀਓ ਦੇ ਵਿੱਚ ਉਹਨਾਂ ਦੀ ਤਸਵੀਰ ਚੱਲੇਗੀ ਔਰ ਉਹਨਾਂ ਨੂੰ ਡੈਡੀਕੇਟ ਹੈ ਔਰ ਉਹਨਾਂ ਨੂੰ ਮੁਬਾਰਕਬਾਦ ਹੈ। ਲਓ ਜੀ ਕੇਕ ਅਸਲਾਮ ਵਾਲੇਕੁਮ ਵੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੀ, ਉਮੀਦ ਕਰਾਂਗਾ ਕਿ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਮੌਜੂਦ ਹੈਗੇ ਆ ਭਾਈ ਕੇਕੇ ਬਲੋਚ, ਖਾਵਰ ਖਾਨ ਬਲੋਚ, ਮਸ਼ਹੂਰ ਟਿਕਟੋਕਰ ਔਰ ਉਸਤਾਦ, ਔਰ ਮੇਰੇ ਉਸਤਾਦ ਦੇ ਸ਼ਾਗਿਰਦ, ਉਸਤਾਦ ਜੀਵਨ ਆਜ਼ਾਦ ਜਮੜ ਸਾਹਿਬ ਦੇ ਸ਼ਾਗਿਰਦ ਘੋੜਿਆਂ ਨੂੰ ਮਾਸ਼ਾਅੱਲਾ ਤਿਆਰ ਕਰਦੇ ਨੇ, ਕੰਮ ਦਿੰਦੇ ਨੇ। ਔਰ ਪਿਛਲੇ ਦਿਨਾਂ 'ਚ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਇਹ ਨੁਕਰੇ ਘੋੜੇ ਦੇ ਉੱਤੇ ਸਵਾਰੀ ਕਰਦੇ ਪਏ ਹਨ ਔਰ ਘੋੜੇ ਦਾ ਪੈਰ ਅੜਿਆ ਔਰ ਇਹ ਡਿੱਗੇ ਨੇ। ਉਹ ਸਾਰੀ ਗੱਲਬਾਤ ਇਹਨਾਂ ਕੋਲ ਪੁੱਛਦੇ ਹਾਂ, ਮਜ਼ੀਦ ਇਹਨਾਂ ਕੋਲ ਮਾਲੂਮਾਤ ਲੈਂਦੇ ਹਾਂ, ਘੋੜਾ ਕਿਵੇਂ ਤਿਆਰ ਕਰਦੇ ਨੇ, ਘਰ ਜਾ ਕੇ ਕਰਦੇ ਨੇ, ਕੀ ਮਾਮਲਾ ਦੇ ਸਾਰੇ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਹਾਰਸ ਬੈਲੈਂਸ ਡਾਇਟ ਉਹ ਤਿਆਰ ਹੈ, ਉਹ ਜਿਸ ਦੋਸਤ ਨੂੰ ਚਾਹੀਦੀ ਹੋਵੇ ਉਹ ਮੇਰੇ ਨਾਲ ਰਾਬਤਾ ਕਰ ਸਕਦਾ, ਮੇਰਾ ਨੰਬਰ ਮੋਬਾਈਲ ਸਕਰੀਨ ਤੇ ਚੱਲ ਰਿਹਾ। ਔਰ ਮੇਰੀ ਅੱਜ ਦੀ ਵੀਡੀਓ ਡੈਡੀਕੇਟ ਹੈ ਜਨਾਬ ਭਾਈ ਅਰਸ਼ਦ ਨਦੀਮ ਸਾਹਿਬ ਨੂੰ। ਠੀਕ ਹੋ ਗਿਆ ਨਾ ਜੀ, ਅੱਜ ਪੂਰੀ ਵੀਡੀਓ ਦੇ ਵਿੱਚ ਉਹਨਾਂ ਦੀ ਤਸਵੀਰ ਚੱਲੇਗੀ ਔਰ ਉਹਨਾਂ ਨੂੰ ਡੈਡੀਕੇਟ ਹੈ ਔਰ ਉਹਨਾਂ ਨੂੰ ਮੁਬਾਰਕਬਾਦ ਹੈ। ਲਓ ਜੀ ਕੇਕੇ ਖਾਨ ਕੋਲ ਪੁੱਛਦੇ ਹਾਂ ਸਾਰੇ ਮਾਮਲਾ, ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਸਲਾਮ ਵਾਲੇਕੁਮ ਭਾਈ ਜਾਨ। ਵਾਲੇਕੁਮ ਅਸਲਾਮ ਰਹਿਮਤੁਲਾਹ ਬਰਕਾਤੁਹ। ਅਲਹਮਦੁਲਿਲਾਹ ਜੀ ਠੀਕ। ਸਭ ਤੋਂ ਪਹਿਲੇ ਤੇ ਜਨਾਬ ਦੀ ਮਿਹਰਬਾਨੀ ਹੈ, ਤੁਸੀਂ ਟਾਈਮ ਦਿੱਤਾ ਸਾਨੂੰ। ਕੋਈ ਗੱਲ ਨਹੀਂ ਭਾਈ ਸਾਹਿਬ, ਭਾਈ ਇਹ ਤੁਸੀਂ ਮਾਲੂਮਾਤ ਤੁਹਾਡੇ ਨਾਲ ਸ਼ੇਅਰ ਕਰਨੀਆਂ। ਜੀ ਜੀ, ਸਭ ਤੋਂ ਪਹਿਲੇ ਤੇ ਆਪਣੇ ਹਰ ਜਿਹੜਾ ਕੋਈ ਉਸਤਾਦ ਹੁੰਦਾ ਨਾ ਕਿਸੇ ਕੰਮ ਦਾ, ਕਿਸੇ ਫੀਲਡ ਦਾ, ਯਕੀਨਨ ਉਹਦਾ ਵੀ ਕੋਈ ਉਸਤਾਦ ਹੁੰਦਾ। ਜੀ ਬਿਲਕੁਲ। ਤੇ ਜਨਾਬ ਹੋਰਾਂ ਦੇ ਕੌਣ ਉਸਤਾਦ ਹਨ, ਉਹਨਾਂ ਦਾ ਜ਼ਿਕਰ ਕਰੋ ਤੇ ਉਸ ਤੋਂ ਬਾਅਦ ਅਗਲੀ ਗੱਲ ਸ਼ੁਰੂ ਕਰੋ। ਜੀ ਮੈਂ ਇਸ ਫੀਲਡ 'ਚ ਬਈ ਸਗੀਰ ਆਇਆ ਮੂੰ ਤਕਰੀਬਨ ਅੱਜ ਤੋਂ 7-1 ਸਾਲ ਪਹਿਲੇ। ਅੱਛਾ। ਨੇ ਜ਼ਬਾਦੀ ਦੀ ਫੀਲਡ 'ਚ ਉਹੀ ਤੇ ਗੋੜਿਆਂ ਤੇ ਚੜਦੇ ਆਸੇ, ਵਜੈਂਦੇ ਹੀ ਆਸੇ, ਗੋੜੀਆਂ ਹੀ ਵਜੈਂਦੇ ਆਸੇ, ਸਾਰਾ ਕੁਝ ਕਰੀਂਦਾ। ਲੇਕਿਨ ਨੇ ਜ਼ਬਾਦੀ ਦੀ ਫੀਲਡ 'ਚ ਦੁਆਰਿਆਂ ਜਨਾਬ ਤਕਰੀਬਨ 7-1 ਸਾਲ ਪਹਿਲੇ, ਉਦੋਂ ਮੈਂ ਆਪਣੇ ਪਹਿਲੇ ਉਸਤਾਦ ਤੇ ਮਰਹੂਮ ਉਸਤਾਦ ਅਮਜਦ ਸ਼ਹਿਜ਼ਾਦ ਖਾਨ ਗਾਦੀ, ਉਹ ਸ਼ਹੀਦ ਹੋਇਆ ਜੀ ਲਾਲੇ ਮੂਸੇ ਬਹੁ ਗਸੀਟਪੁਰ ਪਿੰਡ, ਉੱਥੇ ਘੋੜਾ ਸੀਖ ਪਾ ਹੋਇਆ ਤੇ ਪਿੱਛੇ ਦੇ ਡੱਠੇ ਹਨ ਤੇ ਉਹ ਸ਼ਹੀਦ ਹੋ ਗਏ ਹਨ। ਉਹ ਜੀ ਮੇਰੇ ਪਹਿਲੇ ਉਸਤਾਦ ਹਨ ਜਿਹਨਾਂ ਮੈਨੂੰ ਇਹ ਸ਼ੁਰੂ ਤੋਂ ਇਸ ਕੰਮ ਤੇ ਲਾਇਆ, ਮੈਨੂੰ ਘੋੜੇ ਤੇ ਚੜਾਇਆ ਇੱਕ ਉਸਤਾਦੀ ਤਰੀਕੇ ਨਾਲ, ਔਰ ਜਿਹਨਾਂ ਦੇ ਅੱਗੇ ਮੈਂ ਸ਼੍ਰੇਣੀ ਰੱਖੀ ਆ ਉਹਨਾਂ ਮੁੜ ਮੈਂ ਨਿਜ਼ਾਬਾਦ ਤੇ ਲਾਇਆ। ਉਸ ਤੋਂ ਬਾਅਦ ਤਕਰੀਬਨ ਮੈਂ ਜੀ ਢੇਰ ਅਰਸਾ ਉਹਨਾਂ ਦੀ ਸ਼ਾਗਿਰਦੀ ਚ ਰਿਹਾ ਵਾਂ, ਉਹਨਾਂ ਨੇ ਇਜਾਜ਼ਤ ਦਿੱਤੀ ਤੇ ਮੈਂ ਉਸਤਾਦ ਜੀਵਨ ਯਾਦ ਜੰਮੜ ਸਾਹਿਬ ਨੂੰ ਆਪਣਾ ਉਸਤਾਦ ਫੜਿਆ, ਕਿਉਂਕਿ ਉਸਤਾਦ ਨੌਸ਼ੇਰ ਗਾਦੀ ਸਾਹਿਬ ਚਾਲ ਤੇ ਘੋੜੇ ਨਹੀਂ ਸਨ ਪਕੜਦੇ, ਇਸ ਲਈ ਉਹ ਮੈਨੂੰ ਆਪਣੀ ਸ਼ਾਗਿਰਦੀ ਚ ਉਸ ਹਿਸਾਬ ਹੀ ਨਹੀਂ ਸਨ ਰੱਖ ਸਕਦੇ। ਮੈਂ ਫਿਰ ਅੱਗੋਂ ਆਪਣੇ ਉਸਤਾਦ ਜੀਵਨ ਯਾਦ ਜੰਮੜ ਸਾਹਿਬ ਨੂੰ ਉਸਤਾਦ ਪਕੜਿਆ, ਉਹਨਾਂ ਨੂੰ ਵੀ ਕਾਫੀ ਅਰਸੇ ਤੋਂ ਤੱਕਦੇ ਸਨ, ਉਹਨਾਂ ਦੀ ਵੀਡੀਓ ਦੇਖਦੇ ਸਨ, ਚਾਹ ਸੀ ਮਿਲਣ ਦੀ। ਫਿਰ ਉਹਨਾਂ ਦਾ ਉਸਤਾਦ ਜੀ ਉਹ ਹੀ ਹੁੰਦਾ ਜਿਹੜਾ ਤੁਹਾਨੂੰ ਜਿਸ ਫੀਲਡ 'ਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਫੀਲਡ 'ਚ ਉਹਦੀ ਜਿਹੜੀ ਕੈਟਾਗਰੀਆਂ ਤੁਹਾਨੂੰ ਪਸੰਦ ਹੋਵਣ, ਉਹਦਾ ਸਟਾਈਲ, ਉਹਦੇ ਕੰਮ ਕਰਨ ਦਾ ਤਰੀਕਾ, ਉਹਦਾ ਕੰਮ ਤੁਹਾਨੂੰ ਪਸੰਦ ਹੋਵੇ। ਮੈਨੂੰ ਉਹ ਪਸੰਦ ਸਨ, ਉਹਨਾਂ ਦਾ ਇਖਲਾਕ ਪਸੰਦ ਸੀ, ਉਹਨਾਂ ਦਾ ਕੰਮ ਪਸੰਦ ਸੀ, ਤੇ ਮੈਂ ਇਹ ਨੀਅਤ ਕੀਤੀ ਹੈ ਕਿ ਇਨਸ਼ਾਅੱਲਾ ਤਾਲਾ ਪਕੜਾਂਗੇ। ਫਿਰ ਉਹਨਾਂ ਨੂੰ ਜਾ ਕੇ ਉਸਤਾਦ ਪਕੜਿਆ, ਤਕਰੀਬਨ 2 ਤੋਂ 3 ਸਾਲ ਮੈਂ ਉਸਤਾਦਾਂ ਨਾਲ ਸਿਰਫ ਫੋਨ ਤੇ ਹੀ ਰਾਬਤੇ ਚੱਲੀਆਂ ਜੀ। 2 ਸਾਲ ਨਾ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਦਰਾਜ਼ ਕਰੇ ਜੀ। ਦੁਨੀਆ ਦੇ ਬੜੇ ਬੜੇ ਉਸਤਾਦ ਵੇਖੇ ਨੇ, ਬੜੇ ਬੜੇ ਸਵਾਰ ਵੇਖੇ ਨੇ, ਉਹ ਸਵਾਰ ਆਪਣੀ ਜਗ੍ਹਾ, ਉਸਤਾਦ ਆਪਣੀ ਜਗ੍ਹਾ, ਲੇਕਿਨ ਜਿਹੜਾ ਉਸਤਾਦ ਜੀਵਨ ਯਾਦ ਜੰਮਣ ਸਾਹਿਬ ਜਿਹੜੇ ਇਨਸਾਨ ਹੈ ਨਾ, ਉਹਨਾਂ ਜੇ ਬਾ ਕਮਾਲ ਇਨਸਾਨ ਹੀ ਕੋਈ ਨਹੀਂ ਵੇਖਿਆ।
ਇੱਕ ਘੋੜਿਆਂ ਲਈ ਇਹ ਸਵਾਲ ਹੁਣ ਸਾਰੇ ਮੈਂ ਤੇਰੇ ਤੇ ਕਰਨੇ ਆ, ਤੂੰ ਆਟੋਮੈਟਿਕਲੀ ਮੈਨੂੰ ਉਹਨਾਂ ਦੇ ਜਵਾਬ ਦੇ ਰਿਹਾ ਉਹਨਾਂ ਸਵਾਲਾਂ ਦਾ। ਜੀ ਮੈਨੂੰ ਪਤਾ ਜਿਹੜੇ ਤੁਸੀਂ ਸਵਾਲ ਕਰਨੇ ਨੇ, ਤੇ ਉਹ ਉਹਨਾਂ ਜੀ ਇਨਸਾਨ ਵੀ ਉਹਨਾਂ ਨੇ ਜੀ ਲੱਭਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਕੋਈ ਵੀ ਫੀਲਡ ਹੈ ਨਾ ਉਸ ਵਿੱਚ ਕੋਈ ਵੀ ਹੁਨਰ ਹੈ ਉਹ ਉਸਤਾਦ ਬੜਾ ਮੁਸ਼ਕਿਲ ਦਿੰਦਾ ਹੈ। ਤੇ ਇਹ ਘੋੜਿਆਂ ਵਾਲੀ ਫੀਲਡ ਖਾਸ ਕਰ ਤੁਹਾਨੂੰ ਗੱਲ ਭੋਂ ਔਖੀ ਲੱਭਦੀ ਹੈ। ਮੈਂ ਉਸ ਕੋਲ ਟਾਈਮ ਲਿਆ ਕੇ ਮੈਂ ਉਸਤਾਦ ਜਾਣਾ ਚਾਹੁੰਦਾ, ਹੁਣ ਪਗੜੀ ਬਣਾਉਣਾ ਚਾਹੁੰਦਾ ਤੇ ਹੁਣ ਆ ਕੇ ਸ਼ਗਿਰਦ ਹੋਣਾ ਚਾਹੁੰਦਾ। ਫਿਰ ਉਸਤਾਦਾਂ ਕੋਲ ਗਏ, ਤਕਰੀਬਨ ਹੁਣ 2 ਸਾਲ ਹੋ ਚੁੱਕੇ ਨੇ ਉਸਤਾਦਾਂ ਨੂੰ ਪਗੜੀ ਬਣਾਈ ਹੈ। ਫਿਰ ਉਸਤਾਦਾਂ ਨੂੰ ਉੱਥੇ ਟਾਈਮ ਦਿੱਤਾ, ਉਸਤਾਦਾਂ ਕੋਲ ਰਹੇ ਤੇ ਅੱਗੋਂ ਫਿਰ ਹੁਣ ਵੀ ਰਾਬਤੇ ਚ ਆ, ਜਿਹੜੀ ਕੋਈ ਗੱਲਬਾਤ ਹੁੰਦੀ ਉਸਤਾਦਾਂ ਦੇ ਰਾਬਤੇ ਚ ਹੀ ਹੁੰਦੀ ਹੈ। ਉਹਨਾਂ ਨੂੰ ਮੈਂ ਚਾਲ ਬਾਜ਼ ਦੱਸਦਾ ਕਿ ਕਿ ਬਲੋਚ ਕਿਸ ਕਿਸ ਚਾਲ ਦਾ ਉਸਤਾਦ ਹੈ ਔਰ ਕੀ ਕੀ ਘੋੜੇ ਨੂੰ ਸਿਖਾ ਸਕਦਾ ਜੀ। ਉਸਤਾਦ ਤੇ ਕਹਿਣਾ ਬੜੀ ਵੱਡੀ ਗੱਲ ਹੈ ਜੀ, ਇਸ ਫੀਲਡ ਚ ਉਸਤਾਦ ਹੋਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਇਹ ਇੱਕ ਬਹੁਤ ਵੱਡਾ ਸਮੁੰਦਰ ਹੈ ਜਿਹਦਾ ਨਾ ਮਾਣੇ ਦਾ ਨਾ ਤਲ ਹੈ। ਇਹ ਉਹ ਫੀਲਡ ਹੈ, ਇੱਕ ਡਰਾਈਵਰੀ ਫੀਲਡ ਤੇ ਇੱਕ ਸਵਾਰੀ ਦੀ ਫੀਲਡ। ਕਰ ਲਓ ਜੀ ਛੋਟਾ ਜਿਹਾ ਕਾਰੀਗਰ ਜਿਹੜਾ ਐਸੇ ਸ਼ਗਿਰਦ, ਛੋਟਾ ਜਿਹਾ ਕਾਰੀਗਰ। ਅਲਹਮਦੁਲਿਲਾ ਜਿਹੜੇ ਚਾਲਾਂ ਮੇਰੇ ਉਸਤਾਦ ਟੁਰੇਂਦੇ ਨੇ ਮੈਂ ਉਹ ਚਾਲਾਂ ਟੁਰ ਲੈਣਾ, ਉਹਦਾ ਵੀ ਮੈਂ ਨੇਜ਼ਾਬਾਜ਼ੀ ਵਾਸਤੇ ਜਾਨਵਰ ਨੂੰ ਤਿਆਰ ਕਰ ਲੈਂਦੇ ਜੀ। ਅਲਹਮਦੁਲਿਲਾ ਨੇਜ਼ਾਬਾਜ਼ੀ ਵਾਸਤੇ ਤਾਂ ਜੀ ਬਾਈ ਸਗੀਰ, ਮੈਂ ਤਕਰੀਬਨ ਆਪਣੀ ਜ਼ਿੰਦਗੀ ਦੇ ਜਿਹੜੇ 2.5 ਤੋਂ 3 ਸਾਲ ਇਹਨਾਂ ਉਹ ਮੈਂ ਆਪਣੇ ਉਹ ਜਿਹੇ ਘੋੜਿਆਂ ਦਿੱਤੇ ਨੇ ਕਿ ਉਹ ਤੁਸੀਂ ਵੀ ਟਿਕਟੋਕ 'ਤੇ ਵੀਡੀਓ ਮੇਰੇ ਦੇਖਦੇ ਰਹਿੰਦੇ ਹੋ, ਤੁਸੀਂ ਵੀ ਦੇਖੀ ਉਸ ਦਿਨ, ਕਿਉਂਕਿ ਮੈਨੂੰ ਸ਼ੌਂਕ ਆ ਘੋੜਾ ਤਿਆਰ ਕਰਨ ਦਾ, ਲੇਕਿਨ ਇਸ ਕਾਬਿਲ ਨਹੀਂ ਸਾਂ। ਹਾਲਾਂਕਿ ਸਵਾਰ ਸਾਂ, ਘੋੜੇ ਦੌੜਾਉਂਦਾ ਸਾਂ, ਹਰ ਕਿਸਮ ਦੇ ਘੋੜੇ 'ਤੇ ਚੜ੍ਹਦਾ ਸਾਂ, ਲੇਕਿਨ ਇੱਕ ਜ਼ਿਹਨ 'ਚ ਗੱਲ ਸੀ, ਹਰ ਬੰਦੇ ਕੋਲ ਸੁਣੀਦਾ ਸੀ ਕਿ ਘੋੜਾ ਖਰਾਬ ਹੋ ਗਿਆ, ਘੋੜਾ ਖਰਾਬ ਹੋ ਗਿਆ, ਘੋੜਾ ਖਰਾਬ ਹੋ ਗਿਆ। ਮੇਰਾ ਦਿਲ ਸੀ ਕਿ ਮੈਂ ਵੀ ਤੱਕਣਾ ਚਾਹੁੰਦਾ ਸਾਂ ਕਿ ਘੋੜੇ ਖਰਾਬ ਕਿੰਝ ਹੁੰਦੇ ਨੇ। ਫਿਰ ਹੁਣ ਇਹ ਤਾਂ ਨਹੀਂ ਤੱਕ ਸਕਦਾ, ਲੇਕਿਨ ਫਿਰ ਮੈਂ ਇਹ ਚਾਹੁੰਦਾ ਸਾਂ ਕਿ ਖਰਾਬ ਘੋੜੇ ਮੈਂ ਠੀਕ ਕਰਦੇ ਨੇ। ਫਿਰ ਜਨਾਬ ਅਲਹਮਦੁਲਿਲਾ ਉਸਤਾਦਾਂ ਦੀ ਦੁਆਵਾਂ ਨਾਲ ਤੇ ਕੁਝ ਦੋਸਤ ਉਹ ਵੀ ਮੇਰੇ ਉਸਤਾਦ ਨੇ, ਸੀਨੀਅਰ ਨੇ, ਜਿਹਨਾਂ ਮੇਰੀ ਰਹਿਨੁਮਾਈਆਂ ਕੀਤੀਆਂ, ਮੈਂ ਖਰਾਬ ਘੋੜਿਆਂ ਨਾਲ ਮੱਥਾ ਲਾਇਆ। ਤਕਰੀਬਨ 2.5 ਤੋਂ 3 ਸਾਲ ਮੈਂ ਹਰ ਕਿਸਮ ਦੇ ਘੋੜੇ ਤੇ ਚੜਿਆ। ਤਕਰੀਬਨ 20 ਤੋਂ 25 ਘੋੜੇ ਦੀ ਵੀਡੀਓ ਮੇਰੀ ਟਿਕਟੋਕ ਤੇ ਮੌਜੂਦ ਨੇ, ਯੂਟਿਊਬ ਚੈਨਲ ਵੀ ਮੈਂ ਬਣਾਇਆ ਸੀ ਉਸ 'ਤੇ ਵੀ ਮੌਜੂਦ ਨੇ। ਔਰ ਕੁਛ ਫਿਰ ਮਾਲਕ ਆਪਣੇ ਘੋੜੇ ਦੀ ਵੀਡੀਓ ਬਣਾਉਣ ਨਹੀਂ ਸਨ ਦਿੰਦੇ, ਜਿਹੜੀ ਗਲਤੀਆਂ ਕਰਦਾ ਸੀ ਕਿ ਘੋੜਾ ਸਾਡਾ ਬਦਨਾਮ, ਉਹ ਮਨਾ ਕਰਦੇ ਹਨ। ਕੁਛ ਕਹਿੰਦੇ ਹਨ ਉਸਤਾਦ ਜੀ ਤੁਸੀਂ ਚਾੜ ਦਿਓ, ਉਹ ਚਾੜਨਾ। ਮੈਂ ਜੀ ਮੱਥਾ ਲਾਇਆ ਹਰ ਕਿਸਮ ਦਾ ਜਿਹੜਾ ਐਪ ਸੀ ਨਾ ਘੋੜੇ 'ਚ, ਹਰ ਕਿਸਮ ਦਾ ਜਿਹੜਾ ਘੋੜਾ, ਕੋਈ ਨਹੀਂ ਸੀ ਕਹਿੰਦਾ ਨਹੀਂ ਨਾ ਵੱਜਦਾ, ਹਰ ਬੰਦਾ ਇਹ ਨਹੀਂ ਵੱਜਦਾ, ਕੋਈ ਨਹੀਂ ਵਜਾ ਸਕਦਾ। ਮੈਂ ਉਹਨੂੰ ਜਾ ਕੇ ਸੇਰ ਦਿੱਤਾ ਹੈ, ਉਹਨਾਂ ਘੋੜੇ ਤੇ ਚੜਿਆ। ਜਿਹਨਾਂ ਤੋਂ ਚੜਨ ਤੋਂ ਪਹਿਲੇ ਮਾਲਕ ਮੈਨੂੰ ਕਿਹਾ ਬਲੋਚ ਸਾਹਿਬ ਤੇ ਲਿਖ ਕੇ ਦਿਓ, ਵੀਡੀਓ ਬਣਵਾਓ, ਤੁਹਾਨੂੰ ਕੁਛ ਹੋ ਗਿਆ ਸੀ, ਜ਼ਿੰਮੇਵਾਰ ਨਹੀਂ ਆ। ਮੈਂ ਉਹਨਾਂ ਤੇ ਚੜਿਆ ਔਰ ਇਹ ਵਾਕਿਆ ਚੱਕਵਾਲ ਦਾ, ਚੱਕਵਾਲ ਵਿੱਚ ਮੇਰੇ ਕੋਲ ਵੀਡੀਓ ਬਣਵਾਈ ਗਈ ਸੀ। ਖਾਂ ਜੀ ਅਗਰ ਤੁਸੀਂ ਘੋੜੇ ਤੋਂ ਡੱਠੇ ਜਾਂ ਘੋੜੇ ਤੁਹਾਨੂੰ ਮਾਰ ਛੜਿਆ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਮੈਂ ਵੀਡੀਓ ਉਹਨਾਂ ਨੂੰ ਬਣਾ ਕੇ ਦਿੱਤੀ ਆ। ਇਸ ਤਰ੍ਹਾਂ ਦੇ ਘੋੜਿਆਂ ਤੇ ਚੜ੍ਹ ਕੇ ਮੈਂ ਉਹਨਾਂ ਦੇ ਐਬ ਦੇਖੇ ਕਿ ਇਹ ਐਬ, ਇਹ ਮਸਲੇ, ਇਹ ਜਿਹੜਾ ਘੋੜਾ ਬੁਸ ਦਿਲ ਹੁੰਦਾ ਹੈ, ਇਹ ਇਹ ਵਜ੍ਹਾ ਕੀ ਹੈ, ਇਹ ਹੁੰਦੇ ਕਿਉਂ ਨੇ, ਇਹਨਾਂ ਦਾ ਹੱਲ ਕੀ ਹੈ। ਜੇ ਸਮਝਾਰੀ ਗੱਲ, ਤੁਹਾਨੂੰ ਕੋਈ ਹੱਲ ਲੱਭਦਾ ਨਾ, ਤੁਹਾਨੂੰ ਵਜ੍ਹਾ ਹੀ ਆਪੇ ਲੱਭ ਜਾਂਦੀ। ਜੇ ਵਜ੍ਹਾ ਲੱਭਦੀ ਹੈ ਤਾਂ ਹੱਲ ਆਟੋਮੈਟਿਕ ਲੱਭ ਜਾਂਦਾ ਹੈ। ਉਹਨਾਂ ਦੀ ਵਜੂਹਾਤ ਟੁੱਟੀਆਂ, ਹਾਲ ਟੁੱਟੇ। ਜਦੋਂ ਮੈਂ ਸਮਝਿਆ ਕਿ ਮੈਂ ਹੁਣ ਘੋੜਿਆਂ 'ਚ ਮੇਬੀ ਹੋਰ ਵੀ ਕੋਈ ਮਸਲੇ ਹੋਣਗੇ, ਲੇਕਿਨ ਜਦੋਂ ਮੈਂ ਆਪਣੇ ਦਿਮਾਗ ਦੇ ਮੁਤਾਬਿਕ ਸਮਝਿਆ ਕਿ ਹੁਣ ਘੋੜਿਆਂ ਦੇ ਮਸਲੇ ਉਹ ਖਤਮ ਹੋ ਗਏ ਨੇ ਜਿਹੜੇ ਪਿੱਛੇ ਰਹਿ ਗਏ ਹੋਵੇ, ਜਿਹਨਾਂ ਤੋਂ ਮੈਂ ਨਾ ਗੁਜ਼ਰਿਆ, ਉਦੋਂ ਮੈਂ ਵਛੇਰਿਆਂ ਲਾਇਆ। ਕਿਉਂਕਿ ਦੇਖੋ, ਵਛੇਰਾ ਕੌਣ ਤਿਆਰ ਕਰਦਾ ਹੈ? ਵਛੇਰਾ ਉਹ ਤਿਆਰ ਕਰਦਾ ਹੈ ਜਿਹਨੂੰ ਮਸਲਿਆਂ ਦਾ ਪਤਾ ਹੋਵੇ ਕਿ ਅਗਰ ਇਹ ਮਸਲਾ ਹੋ ਗਿਆ ਤੇ ਇਹਦਾ ਹੱਲ ਕੀ ਹੈ, ਇਹ ਮਸਲਾ ਹੋਣਾ ਕਿਉਂ ਹੈ। ਜਿਹਨੂੰ ਇਹ ਪਤਾ ਵੀ ਨਹੀਂ ਨਾ ਕਿ ਘੋੜੇ 'ਚ ਮਸਲਾ ਕੀ ਪੈਦਾ ਹੋ ਸਕਦਾ, ਉਹ ਕਦੀ ਵੀ ਵਛੇਰਾ ਤਿਆਰ ਵੀ ਨਹੀਂ ਕਰ ਸਕਦਾ ਤੇ ਨਾ ਉਹਨੂੰ ਕਰਨਾ ਚਾਹੀਦਾ। ਕਿਉਂਕਿ ਵਛੇਰੇ ਤੇ ਗਲਤੀ ਢੂੰਡਦੇ ਨੇ ਕਿ ਸਾਨੂੰ ਗਲਤੀ ਦਾ ਮੌਕਾ ਲੱਭੇ ਅਸੀਂ ਕਰੀਏ, ਤੇ ਵਛੇਰਿਆਂ ਨੂੰ ਜਿਹੜਾ ਗਲਤੀ ਨਾ ਕਰਨ ਦੇਵੇ ਜਾਂ ਉਸ ਗਲਤੀ ਦਾ ਜਿਹਦੇ ਕੋਲ ਹੱਲ ਮੌਜੂਦ ਹੋਵੇ ਨਾ, ਉਹ ਉਸ ਇਨਸਾਨ ਨੂੰ ਹੱਕ ਵਛੇਰੇ ਤਿਆਰ ਕਰਨ ਦਾ। ਉਸਤਾਦ ਜੀਵਨ ਆਜ਼ਾਦ ਜੰਮੜ ਸਾਹਿਬ ਤੇ ਮੈਂ ਇਹ ਸਵਾਲ ਕੀਤਾ, ਉਹਨਾਂ ਆਖਿਆ ਜੀ ਜਾਨਵਰ ਖਰਾਬ ਨਹੀਂ ਹੁੰਦਾ ਬਲਕਿ ਉਹਨੂੰ ਕੀਤਾ ਜਾਂਦਾ।
ਖਰਾਬ ਹੁੰਦੇ ਨੇ ਜੀ ਜਦੋਂ ਤੁਹਾਨੂੰ ਉਹਨਾਂ ਦਾ ਮਸਲੇ ਦਾ ਨੀ ਨਾ ਪਤਾ ਕਿ ਵਛੇਰਾ ਤੁਹਾਡੇ ਕੋਲੋਂ ਤੁਸੀਂ ਉੱਥੇ ਚੜ੍ਹੇ ਤੁਹਾਨੂੰ ਪਤਾ ਹੀ ਨੀ ਕਿ ਗਲਤੀ ਕਰ ਰਹੀ ਹੈ ਜਾਂ ਤੁਹਾਨੂੰ ਇਹ ਪਤਾ ਚੱਲ ਰਿਹਾ ਗਲਤੀ ਕਰ ਰਹੀ ਹੈ ਜਾਂ ਕਰ ਕਿਸ ਵਜ੍ਹਾ ਤੁਰੀ ਹੈ ਇਹ ਨੀ ਤੁਹਾਨੂੰ ਪਤਾ ਤੁਸੀਂ ਉਦੋਂ ਫਿਰ ਉਹਦੇ ਨਾਲ ਜ਼ਬਰਦਸਤੀ ਕਰਦੇ ਹੋ ਉਸ ਤੁਹਾਡੀ ਜ਼ਬਰਦਸਤੀ ਚ ਇੱਕ ਐਬ ਮਿਟਾਣੇ ਦੀ ਕੋਸ਼ਿਸ਼ ਤੁਸੀਂ ਚਾਰ ਐਬ ਹੋਰ ਪੈਦਾ ਕਰ ਦਿੰਦੇ ਹੋ ਘੋੜੇ 'ਚ ਜਾਂ ਤੁਸੀਂ ਬੁਜ਼ਦਿਲ ਕਰ ਬੈਠਦੇ ਹੋ ਜਾਂ ਤੁਸੀਂ ਘੋੜੇ ਦਾ ਦਿਲ ਜਿਹੜਾ ਉਹ ਮਾਇੰਡ ਜਿਹੜਾ ਉਹ ਇਸ ਚੀਜ਼ ਨੂੰ ਹਟਾ ਦਿੰਦੇ ਹੋ ਉਹ ਸਵਾਲ ਨੂੰ ਐਕਸੈਪਟ ਹੀ ਨਹੀਂ ਕਰਦਾ ਬਲੋਚ ਹੁਣ ਤੱਕ ਕਿਤਨੇ ਜਾਨਵਰ ਤਿਆਰ ਕਰ ਦਿੱਤਾ ਹੁਣ ਤੱਕ ਜੀ ਜਿਹੜੇ ਮੈਂ ਤਕਰੀਬਨ ਵਛੇਰੇ ਤਾਂ ਤਕਰੀਬਨ ਕੋਈ ਸੁਰ ਦੇ ਮੇਰੇ ਹੱਥੀ ਤਣੇ ਨਹੀਂ ਲੱਗੇ ਜੀ ਪੰਜ ਦਸ ਵਛੇਰੇ ਆਏ ਨੇ ਲੇਕਿਨ ਜਿਹੜੇ ਵੈੜੇ ਜਾਨਵਰ ਨੇ ਨਾ ਤਕਰੀਬਨ 300 ਦੇ ਕਰੀਬ ਆਏ ਨੇ ਜਿਹੜੇ ਜਾਨਵਰ ਮੈਂ ਨਹੀਂ ਸਨ ਉਮੀਦ ਹੀ ਮਾਲਕ ਖੋ ਬੈਠੇ ਸਨ ਕਿ ਕਦੀ ਬਚ ਸਕਦੇ ਨੇ ਮੈਂ ਉਹ ਬਚਾ ਕੇ ਦਿੱਤੇ ਨਾਮਵਰ ਜਾਨਵਰ ਦੱਸੋ ਜਿਹੜਾ ਨਾਮਵਰ ਜੀ ਮੈਂ ਉਹ ਨਹੀਂ ਦੱਸਣਾ ਚਾਹੁੰਦਾ ਕਿਉਂਕਿ ਮਾਲਕ ਕਹਿੰਦੇ ਨੇ ਫਿਰ ਸਾਡੇ ਜਾਨਵਰ ਦੇ ਪਿੱਛੋਂ ਉਹ ਸੀਗਰੇ ਉਹਨਾਂ ਦੀ ਪ੍ਰਾਈਵੇਸੀ ਹੁੰਦੀ ਨਹੀਂ ਤਾਂ ਮੈਂ ਟਿਕਟੋਕ ਤੇ ਜ਼ਰੂਰ ਲਾਣੇ ਸਨ ਕੁਛ ਮੇਰੀ ਟਿਕਟੋਕ ਤੇ ਲੱਗੇ ਹੋਏ ਨੇ ਮੇਰੇ ਵੇਖਣ ਵਾਲਿਆਂ ਨੂੰ ਕੀ ਫੈਸਿਲਿਟੇਟ ਕਰ ਸਕਦਾ ਅਗਰ ਕੋਈ ਬੰਦਾ ਜਾਨਵਰ ਤਿਆਰ ਕਰਾਉਣਾ ਚਾਹੇ ਜਿਹੜਾ ਦੋਸਤ ਮੈਨੂੰ ਅਫੋਰਡ ਕਰ ਸਕਦਾ ਹੈ ਮੈਂ ਉਹਦੇ ਲਈ ਵੀ ਹਾਜ਼ਰ ਹਾਂ ਜਿਹੜਾ ਨਹੀਂ ਕਰ ਸਕਦਾ ਮੈਂ ਉਹਦੇ ਲਈ ਵੀ ਹਾਜ਼ਰ ਹਾਂ ਜਿਹੜਾ ਕੋਈ ਚੀਜ਼ ਮੈਨੂੰ ਪੇ ਦੇ ਸਕਦਾ ਮੈਂ ਉਹਦੇ ਲਈ ਵੀ ਹਾਜ਼ਰ ਹਾਂ ਜਿਹੜਾ ਨਹੀਂ ਦੇ ਸਕਦਾ ਮੈਂ ਉਹਦੇ ਲਈ ਵੀ ਹਾਜ਼ਰ ਹਾਂ ਲੇਕਿਨ ਮੇਰੀ ਇੱਕ ਫੀਸ ਹੁੰਦੀ ਹੈ ਮੈਂ ਉਹ ਫੀਸ ਦੱਸਣਾ ਮਾਲਕ ਨੂੰ ਬਾਈ ਮੇਰੀ ਇਹ ਫੀਸ ਹੈ ਔਰ ਮੇਰਾ ਜਾਨਵਰ ਤਿਆਰ ਕਰਨ ਦਾ ਤਰੀਕਾ ਕਾਫੀ ਡਿਫਰੈਂਟ ਹੈ ਜੀ ਮੇਰਾ ਤਰੀਕਾ ਕਿਸੇ ਨੂੰ ਪਸੰਦ ਆਉਂਦਾ ਮੈਂ ਉਹ ਫੀਸ ਦੱਸਣਾ ਆਪਣਾ ਤਰੀਕਾ ਦੱਸਣਾ ਮੈਂ ਨਾ ਅਗਰਚਾ ਤੁਸੀਂ ਤਿਆਰ ਕਰਾਉਣਾ ਹੋਵੇ ਇਹ ਫੀਸ ਹੈ ਅਗਰਚਾ ਭਰ ਸਕਦੇ ਹੋ ਤੇ ਇਹ ਲੈਣੀ ਹੈ ਜੇ ਨਹੀਂ ਜੇ ਭਰ ਸਕਦੇ ਜੋ ਤੁਸੀਂ ਦੇ ਸਕਦੇ ਹੋ ਮੈਂ ਉਹ ਲੈਣੀ ਹੈ ਅਗਰ ਉਸ ਤੋਂ ਤੁਸੀਂ ਭਰ ਸਕਦੇ ਹੋ ਲੇਕਿਨ ਮੇਰੀ ਫੀਸ ਮੈਨੂੰ ਘੱਟ ਦੇਵੋਗੇ ਫਿਰ ਮੇਰਾ ਹੱਕ ਰੱਖੋਗੇ ਸਟ੍ਰੇਟ ਫਾਰਵਰਡ ਜੀ ਇੱਕ ਸਵਾਲ ਹੈ ਮੇਰਾ ਜੀ ਸਵਾਰ ਵਾਗ ਫੱਦਨ ਪੈਸੇ ਲੈਂਦੇ ਤੇ ਘਰ ਨਿਕਲ ਵੈਂਦੇ ਜੀ ਕਿ ਬਲੋਚ ਤੇ ਹੀ ਨਹੀਂ ਕਰਦਾ ਜ਼ਿੰਦਗੀ ਵਿੱਚ ਅੱਜ ਤੱਕ ਮੇਰਾ ਜੀ ਐਸਾ ਚਾਂਸ ਨਹੀਂ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋਈ ਹੈ ਤੁਸੀਂ ਇੱਕ ਨੁਕਰਾ ਘੋੜਾ ਦੌੜਾ ਰਹੇ ਹੋ ਜੀ ਤੇ ਉਹਦੇ ਤੋਂ ਉਹ ਘੋੜੇ ਦੀ ਲਾਤੜ ਦੀ ਪਤਾ ਨਹੀਂ ਕੀ ਹੁੰਦਾ ਹੈ ਉਹ ਕੀ ਵਾਕਿਆ ਹੋਇਆ ਉਹ ਬਾਈ ਉਹ ਘੋੜਾ ਡੱਠਾ ਹੈ ਉਸ ਘੋੜੇ ਦੇ ਦਾਣੇ 'ਚ ਬੜੇ ਲੋਕਾਂ ਨੇ ਜੀ ਆਪਣਾ ਆਪਣਾ ਉਸਤਾਦੀ ਵੀ ਦਿਖਾਈ ਹੈ ਤੇ ਆਪਣੇ ਆਪਣੇ ਹੁਨਰ ਵੀ ਦਿਖਾਏ ਨੇ ਤੇ ਆਪਣੇ ਆਪਣੇ ਜੋ ਸਕਿਆ ਦਾਗ ਲਾ ਸਕਦਾ ਉਹਨੇ ਦਾਗ ਲਾ ਜੋ ਜ਼ਰਫ ਹੈ ਸੀ ਉਹਨੇ ਗੱਲਾਂ ਕੀਤੀਆਂ ਨੇ ਕਿਸੇ ਸਵਾਰ ਨੂੰ ਬੈੜਾ ਕਿਹਾ ਕਿਸੇ ਗੋਲੇ ਦੀ ਗਲਤੀ ਕਰੀ ਹੁੰਦੀ ਕਿਸੇ ਨੇ ਵਿੱਚ ਗੱਲ ਫੱਦੀ ਹੈ ਕਿ ਵਾਕਿਆ ਇਹ ਗਲਤੀ ਹੈ ਉਸ ਦਿਨ ਹੋਇਆ ਇੰਜ ਜੀ ਕਿ ਘੋੜੇ ਨੂੰ ਮੈਂ ਲੈ ਗਿਆ ਤਕਰੀਬਨ ਕੀਤੀ ਹੈ ਕਿ ਮੈਂ 11 ਕਿਲੋਮੀਟਰ ਘੋੜੇ ਦੀ ਸਵਾਰੀ ਕੀਤੀ ਹੈ 11 ਕਿਲੋਮੀਟਰ ਸਵਾਰੀ ਕਰਨ ਤੋਂ ਬਾਅਦ ਮੈਂ ਘੋੜੇ ਨੂੰ ਇਹ ਵਜਾਇਆ ਉਸ ਘੋੜੇ ਦੀ ਆਦਤ ਸੀ ਹਿੱਕ ਜਿਸ ਤਰ੍ਹਾਂ ਵੱਜਦਾ ਸੀ ਸਿਰ ਨਿਵਾ ਜਾਂਦਾ ਸਿਰ ਨਿਵਾਣੇ ਦੀ ਵਜ੍ਹਾ ਤੋਂ ਉਹਨੂੰ ਲੱਗਦੇ ਹਨ ਠੁੱਡੇ ਦੂਸਰਾ ਉਸ ਘੋੜੇ 'ਚ ਮਸਲਾ ਕਿ ਉਹ ਸਪੀਡ ਫੜਦਾ ਛੱਡਦਾ ਉਹਦੀ ਸਪੀਡ ਬੜੀ ਘੱਟ ਤੇ ਥੱਲੇ ਥੱਲੇ ਵੱਜਦਾ ਉਸ ਦਿਨ ਮੈਂ ਘੋੜੇ ਨੂੰ ਉਸ 3-4 ਦਿਨ ਪਹਿਲੇ ਸਵਾਰੀਆਂ ਕੀਤੀਆਂ ਨੇ ਉਸ ਦਿਨ ਜਿਸ ਦਿਨ ਮੈਂ ਵਜਾ ਰਿਹਾ 11 ਦਿਨ ਦੀ 11 ਕਿਲੋਮੀਟਰ ਦੀ ਸਵਾਰੀ ਮੈਂ ਕਰਕੇ ਲੈ ਆਉਂਦੀ ਔਰ ਮੈਂ ਸਾਰਿਆਂ ਨੂੰ ਦੱਸਿਆ ਕਿ ਇਸ ਅੱਜ ਇਹ ਘੋੜਾ ਰਿਕਾਰਡਡ ਪੱਟੀ ਵੱਜੇਗਾ ਇਹਦੀ ਵੀਡੀਓ ਬਣਾ ਲੈਣੀ ਜ਼ਿੰਦਗੀ ਜਾਇਦ ਕਰੇ ਇੰਜ ਨਹੀਂ ਵੱਜਣਾ ਜਿਵੇਂ ਅੱਜ ਵੱਜੇਗਾ ਪੱਟੀ ਸਾਰੀ ਜ਼ਿੰਦਗੀ ਯਾਦ ਰਹੇਗੀ ਲੋਕਾਂ ਨੂੰ ਕਿਉਂਕਿ ਮੈਨੂੰ ਪਤਾ ਆਪਣੇ ਹੱਥਾਂ ਤੇ ਯਕੀਨ ਆ ਰੱਬ ਦੀ ਜ਼ਾਤ ਤੇ ਯਕੀਨ ਆ ਮੈਂ ਮਿਹਨਤ ਕੀਤੀ ਖਤਮ 3-4 ਦਿਨ ਪਹਿਲੇ ਵੀ ਕੀਤੀ ਆ ਉਸ ਦਿਹਾੜੀ ਬੜੀ ਮਿਹਨਤ ਕਰਕੇ ਲੈ ਆਉਂਦੀ ਆ ਮੈਂ ਗੋਲਡਨ ਜੀ ਗਰਾਊਂਡ ਬੜਾ ਵਜਾਇਆ ਬਣਾਇਆ ਬਣਾ ਕੇ ਸੰਵਾਰ ਕੇ ਬੜਾ ਤਰੀਕੇ ਨਾਲ ਨਾ ਜੀ ਮੈਂ ਘੋੜੇ ਨੂੰ ਸਿਰੇ ਤੇ ਲੈਂਦਾ ਜਿਸ ਟਾਈਮ ਮੈਂ ਸਿਰੇ ਤੋਂ ਘੋੜੇ ਨੂੰ ਵਜਾਇਆ ਨਾ
ਘੋੜਾ ਬਜਿਆ, ਚੰਗਾ ਸੋਹਣਾ ਘੋੜਾ ਬਜਿਆ, ਬਾਜ ਕੇ ਘੋੜਾ ਥੱਲੇ ਥੱਲੇ ਆ, ਘੋੜੇ ਦਾ ਕੋਈ ਵੀਡੀਓ ਸਹੀ ਗੌਰ ਨਾਲ ਦੇਖੇ ਨਾ, ਘੋੜੇ ਦਾ ਸਿਰ ਥੱਲੇ ਆ ਰਿਹਾ। ਜਿਸ ਤਰ੍ਹਾਂ ਮੈਂ ਚੰਗਾ ਘੋੜੇ ਨੂੰ ਬਜਾ ਲਿਆ, ਘੋੜੇ ਦਾ ਮੈਂ ਸਿਰ ਚੁੱਕਿਆ, ਜਿਵੇਂ ਹੀ ਮੈਂ ਘੋੜੇ ਦਾ ਸਿਰ ਚੁੱਕਿਆ, ਕਿਉਂਕਿ ਆਟੋਮੈਟਿਕ ਜ਼ਹਿਰੀ ਗੱਲ ਹੈ, ਜਦੋਂ ਘੋੜੇ ਦਾ ਸਿਰ ਚੁੱਕਿਆ ਜਾਂਦਾ ਘੋੜਾ ਅੱਗੂ ਚੁੱਕੀ ਜਾਂਦਾ, ਅੱਗੂ ਘੋੜਾ ਚੁੱਕੀਦਾ, ਫਿਰ ਉਹਦੀ ਲੱਤ ਕਰੋ ਪਹਿਲੇ ਥੱਲੇ ਇੱਥੇ ਤੇ ਬਜ ਲੈਣਾ, ਫਿਰ ਉਹ ਲੱਤ ਇੱਥੇ ਕੱਢ ਕੇ ਲੈ ਜਾਂਦਾ। ਜਦੋਂ ਮੈਂ ਘੋੜੇ ਨੂੰ ਚੁੱਕਿਆ, ਘੋੜੇ ਲੱਤ ਇੱਥੇ ਕੱਛ ਚ ਲੈ ਜਾਂਦੀ ਹੈ, ਤੇ ਉਹਨੂੰ ਮੈਂ ਇਤਨਾ ਉਹਦਾ ਸਿਰ, ਜਿਸ ਤਰ੍ਹਾਂ ਕਹਿੰਦੇ ਨਾ ਸਿਰ ਚ ਆ ਕੇ ਜੋਲੀ ਚ ਰੱਖ ਲੈਣਾ, ਮੈਂ ਜਿਸ ਮੇਰੇ ਉਹਦਾ ਸਿਰ ਚ ਆ ਕੇ ਜੋਲੀ ਰੱਖਿਆ, ਘੋੜਾ ਅੱਗੂ ਇਤਨਾ ਚੁੱਕਿਆ ਕਿ ਉਹਦੀ ਜਿਹੜੀ ਲੱਤ ਆ ਥੱਲੇ ਕੱਛ ਚ ਆ ਲੱਗੀ। ਉਹ ਅੱਗੂ ਫਿਰ ਤਕਦੀਰ ਮੇਰੀ ਕਿਸਮਤ ਚ ਉਹ ਹਾਦਸਾ ਲਿਖਿਆ ਹੋਇਆ ਕਿ ਉਸ ਦੇ ਦੌਰਾਨ ਘੋੜੇ ਦੇ ਪੈਰ ਦਾ ਜਿਹੜੀ ਖੁਰੀ ਹੈ ਨਾ, ਨੈਲ ਉਹ ਖੁੱਲ ਗਿਆ, ਇੱਕ ਸਾਈਡ ਤੋਂ ਖੁੱਲਾ ਹੈ, ਇੱਕ ਸਾਈਡ ਤੋਂ ਲੱਗਾ ਰਿਹਾ, ਉਹ ਖੁੱਲ ਕੇ ਜਿਵੇਂ ਘੋੜੇ ਪੈਰ ਚ ਲੈਂਦਾ ਨਾ, ਉਹ ਇੱਕ ਸਾਈਡ ਤੋਂ ਖੁੱਲ ਕੇ ਘੋੜੇ ਦੀ ਜਿਹੜੀ ਫਿਰਾਕੀ ਲੱਗੀ ਹੁੰਦੀ ਨੂੰ ਉੱਤੇ ਜੀ ਸਪਾਹ ਦੇ ਉੱਤੇ, ਉਸ ਫਿਰਾਕੀ ਚ ਫਸ ਗਿਆ। ਉਸ ਫਿਰਾਕੀ ਚ ਵੀ ਜੀ ਤੁਹਾਨੂੰ ਮੈਂ ਦਿਖਾਉਣਾ, ਇਹਦਾ ਤਸਦੀਕ ਲਾਇਓ, ਇਹ ਜਗ੍ਹਾ ਹੈ, ਇਹ ਹੁਣ ਜੀ ਦੇਖੋ, ਇਹ ਅਗਰ ਅਸੀਂ ਲੰਮਾ ਛੱਡ ਦਈਏ ਨਾ ਜੀ, ਤੇ ਇਹ ਇੱਥੇ ਥੱਲੇ ਆ ਜਾਂਦਾ, ਇਹ ਘੋੜੇ ਦੇ ਪੈਰਾਂ ਨਾਲ ਲੱਗਦਾ, ਕਿਉਂਕਿ ਬੱਚੇ ਅੱਗੂ ਇਹਦੀ ਜਗ੍ਹਾ ਕਿਉਂ ਨਹੀਂ, ਜਿੱਦਾਂ ਇਹਨੂੰ ਪਾ ਲਈਏ। ਚਾਹੀਦਾ ਤੇ ਇਹ ਜਿਹੜੇ ਸਪਾਟ ਬਣਦੇ ਨੇ ਉਹਨਾਂ ਦੇ ਅੱਗੇ ਗੁਜ਼ਾਰਿਸ਼ ਹੈ ਕਿ ਚਾਹੀਦਾ ਤੇ ਇਹ ਜਿਹੜੀ ਫਿਰਾਕੀ ਹੈ ਨਾ, ਇਹ ਇੰਜ ਪਮੈਸ਼ ਕਰਕੇ ਨਾ ਜੀ ਅੱਗਾਂ ਵੀ ਤਿੰਨ ਚਾਰ ਵਧਰੀਆਂ ਜਿਹੜੀਆਂ ਲਾ ਦੇਵੇ, ਤਾਂ ਕਿ ਜਿਤਨੀ ਕਿਸੇ ਦੀ ਫਿਰਾਕੀ ਪੂਰੀ ਆਉਂਦੀ ਹੈ ਨਾ, ਉਸ ਹਿਸਾਬ ਦੇ ਮੁਤਾਬਿਕ ਉਹ ਅੱਗਾਂ ਐਡਜਸਟ ਕਰ ਲੈਣ ਜ਼ਰੂਰ। ਇਹ ਬੜੀ ਅੱਛਾ ਸਵਾਲ ਹੈ ਤੁਹਾਡਾ ਜੀ, ਇਹ ਮੈਂ ਵੀਡੀਓ ਬਣਾਉਣਾ ਵੀ ਚਾਹੁੰਦਾ ਹਾਂ, ਲੇਕਿਨ ਅੱਜ ਚਲੋ ਤੁਹਾਡੇ ਥਰੂ ਬਣ ਗਈ ਕਿ ਜਿਹੜੀ ਇਹ ਚੀਜ਼ ਨੇ ਅੱਗੇ ਦੀ ਤਾਂ ਇਹ ਜਿਸ ਇਹ ਨਹੀਂ ਲੱਗੀ ਹੋਈ, ਇਸੇ ਤਰ੍ਹਾਂ ਪੰਜ ਚਾਰ ਅੱਗਾਂ ਵੀ ਰੱਖੇ ਕਿ ਜਿਹਦਾ ਘੋੜੇ ਦਾ ਜਿਤਨਾ ਇੱਕ ਪੇਟਾ ਹੈ ਉਸ ਮੁਤਾਬਿਕ ਉਹ ਐਡਜਸਟ ਕਰ ਲਏ। ਉਸ ਦਿਨ ਜੀ ਇੰਜ ਹੋਇਆ ਕਿ ਮੈਂ ਇਸੇ ਜਗ੍ਹਾ ਇਸੇ ਵਜ੍ਹਾ ਤੋਂ ਨਾ ਇੰਜ ਕਰਕੇ ਫਿਰਾਕੀ ਰੱਖੀ ਸੀ, ਇੱਥੇ ਇੰਜ ਫਿਰਾਕੀ ਆਈ ਸੀ, ਤੇ ਇਹ ਤਾਂ ਹੁਣ ਥੋੜੀ ਥੱਲੇ ਨਾ ਉਹ ਫਿਰਾਕੀ ਇੱਥੇ ਥੋੜੀ ਇਸ ਜਗ੍ਹਾ ਤੇ ਆਈ ਸੀ, ਇਸ ਜਗ੍ਹਾ ਤੇ ਆ ਕੇ ਜੀ ਉਹਦੀ ਖੁਰੀ ਪੈ ਗਈ, ਉਹ ਫਿਰਾਕੀ ਚ ਖੁਰੀ ਫਸੀ ਹੈ, ਤੇ ਜਦੋਂ ਘੋੜਾ ਡਹਿ ਗਿਆ ਨਾ ਉਦੋਂ ਦੀ ਲੱਤ ਖੁੱਲੀ ਹੈ, ਡਹਿੰਦਿਆਂ ਦੀ ਉਹ ਫਿਰਾਕੀ ਉੱਥੇ ਵਿੱਚ ਹੀ ਫਸੀ ਰਹੀ ਹੈ, ਖੁਰੀ ਫਿਰਾਕੀ ਚ ਘੋੜਾ ਇੰਜ ਡੱਠਾ। ਹੋਰ ਨਾ ਲਾ ਮਾਫੀ ਦੇਵੇ ਨਾ ਮੈਂ ਕੋਈ ਜਾਣ ਬੋਝ ਕੇ ਡਾਇਆ, ਤੇ ਨਾ ਮੇਰੇ ਖਿਆਲ ਨਾਲ ਕੋਈ ਗਲਤੀ ਐਸੀ, ਤੇ ਨਾ ਕੋਈ ਘੋੜੇ ਦੀ ਗਲਤੀ ਐਸੀ, ਨਾ ਕੋਈ ਜਗ੍ਹਾ ਦੀ ਗਲਤੀ ਐਸੀ, ਬਸ ਇਹੀ ਹੋਇਆ, ਕੁਦਰਤੀ ਜਿਹੜਾ ਹਾਦਸਾ ਅਸੀਂ ਲਿਖਿਆ ਸੀ ਉਹ ਹੋਣਾ ਸੀ, ਉਹ ਹੋ ਗਿਆ। ਬਲੋਜ ਘੋੜਾ ਕਿਤਨੇ ਟਾਈਮ ਦੇ ਵਿੱਚ ਤੁਸੀਂ ਤਿਆਰ ਕਰਦੇ ਹੋ, ਔਰ ਕਿਵੇਂ ਅਗਲੇ ਦੇ ਘਰ ਜਾਂਦੇ ਹੋ, ਕੀ ਮਾਮਲਾਤ ਹੁੰਦੇ ਤੁਹਾਡੇ? ਬਾਈ ਪਹਿਲੇ ਤੇ ਮੈਂ ਜਾਂਦਾ ਸਾਂ ਅਗੇ ਘਰ ਵੀ ਚਲੇ ਜਾਈਦਾ ਸੀ, ਜਿਹੜਾ ਕੋਈ ਜਾਨਵਰ ਦਿਖਾਇਆ ਉਸੇ ਜਾਨਵਰ ਤੇ ਚਲੇ ਜਾਣਾ ਤਿਆਰ ਕਰ ਦੇਣਾ। ਬੈੜੇ ਜਾਨਵਰ ਮੈਂ ਬਹੁਤ ਜ਼ਿਆਦਾ ਫੱਦੇ ਨੇ, ਲੇਕਿਨ ਬੈੜੇ ਜਾਨਵਰ ਇਹ ਹੁੰਦੇ ਹਨ ਕਿ ਉਹਨਾਂ ਨੂੰ 10-15 ਦਿਨ ਤੁਸੀਂ ਸਵਾ ਜਿਹੜਾ ਉਹਨਾਂ ਦਾ ਮੈਂ ਆਉਂਦੀ ਉਹ ਮਾਰ ਲਓ, ਉਹਨਾਂ ਨੂੰ ਸੈਟਿੰਗ ਕਰ ਲਓ, ਤੇ ਫਿਰ ਤੁਸੀਂ ਦੇ ਦਿਓ ਉਹਨਾਂ ਮਾਲਕਾਂ ਦੇ ਹੱਥ ਚ, ਤੇ ਮਾਲਕ ਉਹਨਾਂ ਨੂੰ ਕਵਰ ਫਿਰ ਪਿੱਛੋਂ ਕੀਤੀ ਰੱਖਦੇ ਨੇ ਅਗਰ ਮਾਲਕ ਕੁਛ ਸਵਾਰ ਹੋਵਣ ਤੇ, ਤੇ ਜੇ ਨਾ ਹੋਵੇ ਤੇ ਫਿਰ ਤਾਂ ਉੱਥੇ 3-2.5 ਮਹੀਨੇ ਲਾ ਕੇ ਆਵੀਦਾ ਸੀ, ਉਹਨਾਂ ਦਾ ਟਾਈਮ ਤਾਂ ਲੱਗਦਾ ਜੀ ਥੋੜਾ, ਲੇਕਿਨ ਹੁਣ ਬੈੜੇ ਘੋੜੇ ਮੈਂ ਜਿਹੜੇ ਨੇ ਉਹ ਥੋੜੇ ਫੜਨੇ ਘੱਟ ਕਰ ਦਿੱਤੇ ਨੇ, ਕਿਉਂਕਿ ਉਹ ਫੜੇ ਸਨ ਇੱਕ ਐਕਸਪੀਰੀਅੰਸ ਹਾਸਿਲ ਕਰਨ ਲਈ, 3 ਸਾਲ ਚ ਅਲਹਮਦੁਲਿਲਾ ਬਹੁਤ ਕੁਛ ਹਾਸਿਲ ਕੀਤਾ, ਉਹਦੀ ਜ਼ਾਤ ਦਾ ਸ਼ੁਕਰ ਹੈ। ਹੁਣ ਆਪਣੇ ਤੇ ਇਤਨਾ ਇੱਕ ਮਾਣ ਹੈ ਕਿ ਹੁਣ ਜਿਹੜਾ ਵੀ ਆ ਜਾਵੇ ਨਾ ਉਹਨੂੰ ਨੁਕਸ ਨਹੀਂ ਕੱਢਣ ਦਿੰਦੇ, ਜੇ ਕੋਈ ਹੋਵੇ ਸੀ ਤਾਂ ਉਹਨੂੰ ਜਾਣ ਨਹੀਂ ਦਿੰਦੇ, ਤੇ ਹੁਣ ਜਿਹੜਾ ਜੀ ਵਛੇਰੇ ਤਿਆਰ ਕਰਨ ਦਾ ਤਰੀਕਾ ਕਾਰਨ, ਹੁਣ ਮੈਂ ਜ਼ਿਆਦਾ ਵਛੇਰੇ ਹੀ ਪੱਕੇ ਦੀਆਂ, ਤੇ ਵਛੇਰੇ ਦਾ ਮੈਂ ਕਮ ਅਜ਼ ਕਮ 6 ਮਹੀਨੇ ਬਾਈ ਟਾਈਮ ਲੈਣਾ, ਕਮ ਅਜ਼ ਕਮ 6 ਮਹੀਨੇ ਔਰ ਜ਼ਿਆਦਾ ਤੋਂ ਜ਼ਿਆਦਾ ਸਾਲ, ਘਰ ਜਾ ਕੇ ਵੀ ਤਿਆਰ ਕਰ ਦੇਈਦੇ ਨੇ, ਕਮ ਅਜ਼ ਕਮ 6 ਮਹੀਨੇ ਜ਼ਿਆਦਾ ਤੋਂ ਜ਼ਿਆਦਾ ਸਾਲ, ਔਰ ਬੰਦੇ ਵੀ ਉਸ ਤੇ ਤਿਆਰ ਕਰੀਦੇ ਨੇ ਜਿਸ ਜਿਹਨੇ ਇੱਕ ਸਬਰ ਹੋਵੇ, ਜਿਹੜਾ ਕਹੇ ਬਾਈ ਜਾਨ ਅੱਜ ਚੜਿਓ ਤੇ 10 ਦਿਹਾੜੇ ਸਾਨੂੰ ਘੋੜਾ ਬਜਾ ਦਿਓ, ਉਹਨੂੰ ਕਹੀਦਾ ਨਹੀਂ, ਕਿਉਂ 10 ਦਿਨਾਂ 'ਚ ਕੀ, ਘੋੜਾ 4 ਦਿਨੇ 'ਚ ਬਜ ਜਾਂਦਾ, ਉਹਦਾ ਕੰਮ ਨਹੀਂ ਬਜਣਾ, ਘੋੜਾ 4 ਦਿਨੇ 'ਚ ਬਜ ਜਾਂਦਾ ਹੈ, ਲੇਕਿਨ ਘੋੜਾ ਉਹ ਕਾਇਮ ਨਹੀਂ ਰਹਿੰਦਾ, ਕਦੀ ਵੀ ਉਹ ਘੋੜਾ ਸਾਰੀ ਜ਼ਿੰਦਗੀ ਪੱਕਦਾ ਨਹੀਂ ਹੈ, ਕਾਇਮ ਨਹੀਂ ਦਿੰਦਾ, ਉਹ ਤੁਸੀਂ 3 ਮਹੀਨੇ 4 ਮਹੀਨੇ 6 ਮਹੀਨੇ ਸਾਲ ਇਸਤੇਮਾਲ ਕਰ ਲਓਗੇ, ਸਾਲ ਬਾਅਦ ਉਹ ਘੋੜਾ ਐਪ ਕੱਢੇਗਾ, ਨਸੇਗਾ, ਬੱਜੇਗਾ, ਆਪਣੇ ਕੰਮ ਤੋਂ ਸਾਈਡ ਮਾਰੇਗਾ, ਕਿਸੇ ਤਰੀਕੇ ਮੈਨੂੰ ਇਹ ਕੰਮ ਛੱਡਾ ਹੈ, ਤੇ ਇਹ ਮੇਰਾ ਟਾਈਮ ਹੁੰਦਾ ਜੀ, ਤੇ ਮੇਰਾ ਤਰੀਕਾਕਾਰ ਹੀ ਬੜਾ ਥੋੜਾ ਜਿਹਾ
ਹੌਸਲੇ ਲੈ ਵੀ ਮੈਂ 10-15 ਦਿਨ ਗੋਰੀ ਨੂੰ ਕੰਮ ਦਿੱਤਾ, 10-15 ਦਿਨ ਰੈਸਟ ਦਿੱਤੀ, 10-15 ਦਿਨ ਕੰਮ, 10-15 ਦਿਨ ਰੈਸਟ, ਲਗਾਤਾਰ ਮੈਂ ਨਹੀਂ ਕਦੀ ਫਰਿਆ। ਅਗਲਾ ਕੰਮ ਘੋੜਾ ਯਾਦ ਕਰੇ, ਅਗਲਾ ਸਬਕ ਯਾਦ ਕਰੇ, ਫਿਰ ਅੱਗਾ ਜਾ ਕੇ ਉਹਨੂੰ ਨਵਾਂ ਸਬਕ ਦੇਣਾ। ਜੇ ਚਾਲ ਵਾਲ ਹੋਵੇ ਤੇ ਉਸ ਤੇ ਕਮ ਅਜ਼ ਕਮ 8 ਮਹੀਨੇ ਲਵੇਂਗੇ, ਜੇ ਨਾਲ ਘੋੜੇ ਨੂੰ ਚਾਲ ਵੀ ਲਾਉਣੀ ਹੋਵੇ ਤਾਂ। ਇਹ ਜਿਹੜਾ ਸਿਰਫ ਲਾਦੂ ਕਰਨ ਹੋਵੇ ਨਾ ਜੀ, ਔਰ ਵਜਾਵਣ ਹੋਵੇ ਸਾਦਾ ਘੋੜਾ ਤਿਆਰ ਕਰਕੇ, ਉਹਦੇ 6 ਮਹੀਨੇ, ਅਗਰ ਚਾਲ ਵਾਲ ਹੋਵੇ ਤੇ ਕਮ ਅਜ਼ ਕਮ 8 ਮਹੀਨੇ, ਤੇ ਜ਼ਿਆਦਾ ਤੋਂ ਜ਼ਿਆਦਾ ਉਹਦਾ 1 ਸਾਲ ਤੇ ਉੱਤੋਂ 1.5-2 ਮਹੀਨੇ ਲੈ ਲਵੇਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਉਮੀਦ ਹੈ ਸਾਡੇ ਵੇਖਣ ਵਾਲੇ ਨੂੰ ਬਹੁਤ ਸਾਰੀ ਮਾਲੂਮਾਤ ਮਿਲੀਆਂ ਉਸ ਦਿਨ, ਤੇ ਜਨਾਬ ਦਾ ਸ਼ੁਕਰੀਆ, ਥੈਂਕ ਯੂ। ਹਾਂ ਜੀ ਦੋਸਤੋ, ਤੁਸੀਂ ਕੇਕੇ ਬਲੋਜ ਦੀਆਂ ਖੂਬਸੂਰਤ ਗੱਲਾਂ ਸੁਣੀਆਂ, ਔਰ ਉਸਤਾਦੀ ਸ਼ਾਗਿਰਦ ਵੀ ਹੋ ਗਈ ਹੈ ਜੀ। ਕੇਕੇ ਬਲੋਜ ਔਰ ਮੇਰੇ ਉਸਤਾਦ ਇੱਕ ਹੀ ਨੇ ਜੀ, ਉਸਤਾਦ ਜੀਵਨ ਯਾਦ ਜੰਮਟ ਸਾਹਿਬ, ਔਰ ਯਕੀਨਨ ਉਹ ਸਿਆਣੇ ਆਉਂਦੇ ਨੇ ਵੀ ਜੀ ਇਹਦਾ ਖਾਈਏ ਉਹਦੇ ਗੁਣ ਗਾਈਏ, ਹਾਂਜੀ, ਔਰ ਉਹਨਾਂ ਦੀ ਜੁੱਤੀਆਂ, ਉਹਨਾਂ ਬਿਲਕੁਲ ਜੀ ਕੋਈ ਸ਼ੱਕ ਨਹੀਂ।